ਹਾਂਜੀ ਸਾਰਿਆਂ ਨੂੰ ਕੀ ਹਾਲ ਚਾਲ, ਵੈਲਕਮ ਟੂ ਮਾਈ ਨਿਊ ਵੀਡੀਓ। ਆਈ ਹੋਪ ਤੁਹਾਨੂੰ ਮੇਰੀ ਲਾਸਟ ਵੀਡੀਓ ਬਹੁਤ ਪਸੰਦ ਆਈ ਹੋਏਗੀ। ਕਾਫੀ ਜ਼ਿਆਦਾ ਟਾਈਮ ਐਂਡ ਐਫਰਟਸ ਲੱਗੇ ਸੀਗੇ, ਐਂਡ ਇਸੇ ਤਰ੍ਹਾਂ ਹੀ ਵੀਡੀਓ ਬਣਾਉਂਦੇ ਰਹਾਂਗੇ। ਪਹਿਲਾਂ ਮੇਰਾ ਮੈਸੇਜ ਇਹੀ ਹੋਏਗਾ ਕਿ ਨਰਸਿੰਗ ਇੱਥੇ ਆ ਕੇ ਮੈਨੂੰ ਇੱਕ ਚੀਜ਼ ਤਾਂ ਸਮਝ ਆ ਗਈ ਵੀ ਨਰਸਿੰਗ ਕੋਈ ਵੀ ਕਰ ਸਕਦਾ। ਮੈਂ ਜਦੋਂ ਮੈਂ ਪਲੱਸ ਵਨ ਪਲੱਸ ਟੂ ਦੇ ਵਿੱਚ ਸੀ, ਮੈਂ ਨੋਨ ਮੈਡੀਕਲ ਲੈ ਲਈ ਸੀ ਫੈਮਿਲੀ ਦੇ ਕਹਿਣ 'ਤੇ, ਐਂਡ ਮੈਨੂੰ ਬਹੁਤ ਜ਼ਿਆਦਾ ਟਫ ਲੱਗੀ ਨੋਨ ਮੈਡੀਕਲ, ਈਜ਼ੀ ਨਹੀਂ ਲੱਗੀ। ਹਰ ਇੱਕ ਸਬਜੈਕਟ ਕੈਮਿਸਟਰੀ ਮੈਥਸ ਫਿਜ਼ਿਕਸ ਮੈਨੂੰ ਬਹੁਤ ਟਫ ਲੱਗ ਰਿਹਾ ਸੀ, ਬਟ ਐਟ ਦੀ ਐਂਡ ਮੈਨੇ ਉਹ ਕਲੀਅਰ ਕਰ ਲਿਆ, ਸਕੋਰਡ ਗੁੱਡ ਇਨ ਪਲੱਸ ਵਨ ਐਂਡ ਪਲੱਸ ਟੂ। ਉਸੀ ਤਰ੍ਹਾਂ ਹੀ ਨਰਸਿੰਗ ਵੀ ਟਫ ਹੈ, ਈਜ਼ੀ ਨਹੀਂ ਹੈ। ਐਟ ਦੀ ਐਂਡ ਜੇ ਤੁਸੀਂ ਕਰੋਗੇ ਤਾਂ ਆਈ ਕੈਨ ਅਸ਼ਿਓਰ ਯੂ ਕਿ ਤੁਸੀਂ ਸੋਚੋਗੇ ਵੀ ਅਸੀਂ ਸਹੀ ਡਿਸੀਜ਼ਨ ਲਿਆ ਨਰਸਿੰਗ ਕਰਨ ਦਾ। ਨਰਸਿੰਗ ਕੋਈ ਵੀ ਕਰ ਸਕਦਾ, ਬਸ ਤੁਹਾਡੇ ਸਬਜੈਕਟਸ ਹੋਣੇ ਚਾਹੀਦੇ ਆ, ਮੈਚ ਕਰਨੇ ਚਾਹੀਦੇ ਆ। ਯੂਨੀਵਰਸਿਟੀ ਟੂ ਯੂਨੀਵਰਸਿਟੀ ਡਿਪੈਂਡ ਕਰਦਾ। ਜਿਹੜੇ 10th ਵਿੱਚ ਹੈ 9th ਵਿੱਚ ਹੈ, ਜਿਨ੍ਹਾਂ ਨੂੰ ਨਹੀਂ ਪਤਾ ਹਜੇ ਕੀ ਕਰਨਾ, ਤੁਸੀਂ ਆਪਣਾ ਨਰਸਿੰਗ ਦਾ ਹੀ ਏਮ ਰੱਖੋ। ਬਹੁਤ ਜ਼ਿਆਦਾ ਸਕੋਪ ਹੈਗਾ ਆਸਟ੍ਰੇਲੀਆ ਦੇ ਵਿੱਚ, ਤੁਸੀਂ ਅੱਗੇ ਜਾ ਕੇ 100 ਚੀਜ਼ਾਂ ਦੇ ਵਿੱਚ ਜਾ ਸਕਦੇ ਹੋ। ਹੰਡਰਡਸ ਐਂਡ ਥਾਊਜੈਂਡਸ ਆਫ ਓਪਰਚੁਨਿਟੀਜ਼ ਹੈਗੀਆਂ ਇਸ ਦੇ ਵਿੱਚ। ਸਟਾਰਟ ਕਰਦੇ ਹਾਂ ਆਪਾਂ ਆਰ ਐਨ ਨਰਸ ਸਿੰਪਲ, ਜਿਹੜਾ ਕਿ ਕੋਈ ਵੀ ਡਿਗਰੀ ਤੋਂ ਬਾਅਦ ਆਰ ਐਨ ਨਰਸ ਬਣ ਸਕਦਾ। ਮੈਂ ਨਾਲ ਨਾਲ ਨੋਟ ਕੀਤੇ ਹੋਏ ਆ ਵੀ ਕਿਹੜੀ ਕਿਹੜੀ ਨਰਸਿੰਗ ਹੈਗੀ ਆ, ਕਿਉਂਕਿ ਬਹੁਤ ਜ਼ਿਆਦਾ ਅੱਜ ਮੈਂ ਸਰਚ ਕਰ ਰਿਹਾ ਸੀ, ਥੋੜ੍ਹੀ ਜਿਹੀ ਪਤਾ ਸੀ, ਥੋੜ੍ਹੀ ਜਿਹੀ ਮੈਨੂੰ ਨਹੀਂ ਪਤਾ ਸੀ। ਪਹਿਲਾਂ ਆਰ ਐਨ ਨਰਸ ਕੁਝ ਵੀ ਕਰ ਸਕਦਾ, ਡਿਗਰੀ ਤੋਂ ਬਾਅਦ ਸਾਰੇ ਹੀ ਆਰ ਐਨ ਨਰਸ ਬਣਦੇ ਆ। ਉਸ ਤੋਂ ਬਾਅਦ ਆ ਗਿਆ ਨਰਸ ਪ੍ਰੈਕਟੀਸ਼ਨਰ, ਐਡਵਾਂਸ ਨਰਸ, ਜਿਹੜੇ ਕਿ ਐਡਵਾਂਸ ਪਾਰਟ ਆ ਗਿਆ ਥੋੜ੍ਹਾ ਨਰਸਿੰਗ ਦਾ, ਇਸ ਲਈ ਵੀ ਥੋੜ੍ਹੀ ਜਿਹੀ ਸਟੱਡੀ ਕਰਨੀ ਪੈਂਦੀ ਹੈ। ਕਲੀਨਿਕਲ ਨਰਸ ਸਪੈਸ਼ਲਿਸਟ, ਮਿਡਵਾਈਫ, ਜਿਹੜੇ ਕਿ ਬੱਚਿਆਂ ਦਾ ਧਿਆਨ ਰੱਖਦੇ ਆ। ਮੈਂਟਲ ਹੈਲਥ ਨਰਸ, ਜਿਹੜੇ ਕਿ ਥੋੜ੍ਹੇ ਜਿਹੇ ਐਂਗਜ਼ਾਇਟੀ, ਡਿਪਰੈਸ਼ਨ ਜਾਂ ਹੈਲਥ ਅਬਿਊਜ਼, ਸੋਰੀ ਡਰੱਗ ਅਬਿਊਜ਼ ਵਾਲਿਆਂ ਨਾਲ ਡੀਲ ਕਰਦੇ ਹੈ। ਏਜ ਕੇਅਰ ਨਰਸ, ਕ੍ਰਿਟੀਕਲ ਕੇਅਰ ਨਰਸ, ਪੀਡਰੈਟਿਕ ਨਰਸ, ਥੀਏਟਰ ਨਰਸ, ਥੀਏਟਰ ਨਰਸ ਹੋ ਗਿਆ ਜਿਹੜੇ ਕਿ ਸਰਜਰੀਜ਼ ਦੇ ਵਿੱਚ ਹੈਲਪ ਕਰਦੇ ਹੈ। ਡਾਕਟਰਸ ਦੀ ਰਿਮੋਟ ਏਰੀਆ ਨਰਸ, ਜਿਹੜੇ ਕਿ ਰੀਜਨਲ ਏਰੀਆ ਦੇ ਵਿੱਚ ਜਾ ਕੇ ਨਰਸਿੰਗ ਕੇਅਰ ਪ੍ਰੋਵਾਈਡ ਕਰਦੇ ਹੈ। ਨਰਸ ਲੈਕਚਰਾਰ, ਨਰਸ ਐਜੂਕੇਟਰ, ਨਰਸ ਲੈਕਚਰਾਰ ਜਿਹੜੇ ਕਿ ਲੈਕਚਰਸ ਪ੍ਰੋਵਾਈਡ ਕਰਦੇ ਹੈ, ਇਹਨਾਂ ਦੀ ਸੈਲਰੀ $1,00,000 ਹੁੰਦੀ ਹੈ ਪਰ ਈਅਰ ਸਟਾਰਟਿੰਗ। ਨਰਸ ਐਜੂਕੇਟਰ, ਜਿਹੜੇ ਮੇਰੇ ਵਰਗੇ ਬੱਚੇ ਨਰਸਿੰਗ ਸਟੂਡੈਂਟ ਉੱਥੇ ਜਾ ਕੇ ਪਲੇਸਮੈਂਟਸ ਲਗਾਉਂਦੇ ਹੈ, ਸਭ ਦਾ ਇੱਕ ਹੈੱਡ ਹੁੰਦਾ ਜਿਹੜਾ ਕਿ ਮੇਕ ਸ਼ੋਰ ਕਰਦਾ ਹੈ ਕਿ ਨਰਸਿੰਗ ਸਟੂਡੈਂਟਸ ਦੀ ਟ੍ਰੇਨਿੰਗ ਠੀਕ ਚੱਲ ਰਹੀ, ਕੋਈ ਦਿੱਕਤ ਨਹੀਂ ਆ ਰਹੀ। ਉਹ ਨਰਸ ਐਜੂਕੇਟਰ ਹੈ, ਤੁਸੀਂ ਨਰਸ ਐਜੂਕੇਟਰ ਲੱਗ ਸਕਦੇ ਹੋ। ਓਨਕੋਲੋਜੀ ਨਰਸ, ਜਿਹੜੇ ਕਿ ਕੈਂਸਰ ਦੇਖਦੇ ਹੈ। ਰੀਹੈਬਿਲੀਟੇਸ਼ਨ ਨਰਸ, ਜਿਹੜੇ ਕਿ ਕੇਅਰ ਪ੍ਰੋਵਾਈਡ ਕਰਦੇ ਹੈ ਉਹਨਾਂ ਪੇਸ਼ੈਂਟਸ ਨੂੰ ਜਿਹੜੇ ਸਰਜਰੀ ਕਰਵਾ ਕੇ ਆਏ ਹੈ, ਜਿਹੜੇ ਕੋਈ ਵੱਡਾ ਟ੍ਰੀਟਮੈਂਟ ਕਰਵਾ ਕੇ ਆਏ ਹੈ, ਤਾਂ ਕਿ ਉਹ ਦੁਬਾਰਾ ਇੰਡੀਪੈਂਡੈਂਟ ਹੋ ਜਾਣ ਆਪਣੇ ਆਪ 'ਤੇ। ਕਾਰਡੀਏਕ ਨਰਸ, ਨਿਊਨੈਟਲ ਨਰਸ, ਪੈਲੀਏਟਿਵ ਨਰਸ, ਇਨਫੈਕਸ਼ਨ ਕੰਟਰੋਲ ਨਰਸ, ਰਿਸਰਚ ਨਰਸ, ਫਲਾਈਟ ਨਰਸ। ਫਲਾਈਟ ਨਰਸ ਤੁਹਾਨੂੰ ਨਾਮ ਤੋਂ ਪਤਾ ਹੀ ਲੱਗ ਰਿਹਾ ਹੋਏਗਾ, ਜਿਹੜੇ ਕਿ ਏਅਰ ਮੈਡੀਕਲ ਟਰਾਂਸਪੋਰਟਸ ਦੇ ਵਿੱਚ ਨਰਸਿੰਗ ਕੇਅਰ ਪ੍ਰੋਵਾਈਡ ਕਰਦੇ ਹੈ। ਪਬਲਿਕ ਹੈਲਥ ਨਰਸ, ਐਮਰਜੈਂਸੀ ਨਰਸ, ਫੋਰੈਂਸਿਕ ਨਰਸ, ਡਿਸੇਬਿਲਟੀ ਨਰਸ, ਔਨ ਕਾਲ ਨਰਸ, ਡਰਮੈਟੋਲੋਜੀ ਨਰਸ, ਗੈਸਟਰੋ ਕੁਛ ਨਰਸ, ਆਈ ਵੀ ਥੈਰੇਪੀ ਨਰਸ, ਹੋਸਪਾਈਸ ਨਰਸ, ਜੈਨੇਟਿਕ ਨਰਸ, ਪੇਨ ਮੈਨੇਜਮੈਂਟ ਨਰਸ, ਪਲਾਸਟਿਕ ਸਰਜਰੀ। ਇਹ ਸੇਮ ਆ ਗਿਆ ਉੱਪਰ ਵਾਲਾ, ਇਸ ਨੂੰ ਤੁਸੀਂ ਸਕਿੱਪ ਕਰ ਸਕਦੇ ਹੋ। ਬਾਕੀ ਯੂਰੋਲੋਜੀ ਨਰਸ, ਐਡਿਕਸ਼ਨ ਨਰਸ, ਐਡਿਕਸ਼ਨ ਨਰਸ ਐਂਡ ਮੈਂਟਲ ਹੈਲਥ ਨਰਸ ਕੁਛ ਨਾ ਕੁਛ ਸੇਮ ਹੀ ਹੁੰਦਾ, ਕਿਉਂਕਿ ਮੈਂਟਲ ਹੈਲਥ ਨਰਸ ਵੀ ਡਰੱਗ ਐਡਿਕਟਿਡ ਪਰਸਨ ਨੂੰ ਮਾੜੀ ਮੋਟੀ ਕੇਅਰ ਪ੍ਰੋਵਾਈਡ ਕਰਦੀ ਹੈ। ਇਹ ਸਿਰਫ ਥੋੜ੍ਹਾ ਜਿਹਾ ਹੀ ਫਰਕ ਹੁੰਦਾ,
ਰੇਡੀਓਲੋਜੀ ਨਰਸ, ਟਰਾਂਸਪਲਾਂਟ ਨਰਸ, ਜੈਰੀਐਟ੍ਰਿਕ ਨਰਸ, ਟੈਲੀ ਹੈਲਥ ਨਰਸ, ਇੱਕ ਹੁੰਦਾ ਟਰੈਵਲ ਹੈਲਥ ਨਰਸ ਜੋ ਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਫੇਮਸ ਹੈ। ਤੁਸੀਂ ਇੱਕ ਜਗ੍ਹਾ ਤੋਂ ਇੱਕ ਜਗ੍ਹਾ ਜਾਣਾ, ਮੇਰਾ ਇੱਕ ਫਰੈਂਡ ਦੀ ਵਾਈਫ ਹੈਗੀ ਹੈ, ਉਸਨੇ ਸ਼ੁਰੂ ਸ਼ੁਰੂ ਦੇ ਵਿੱਚ ਕੀਤਾ ਸੀ। ਉਸਦਾ ਕੀ ਜੋਬ ਸੀ, ਤੁਸੀਂ 15 ਡੇਜ਼ ਟਰੈਵਲ ਕਰਨਾ, 15 ਡੇਜ਼ ਤੁਹਾਡੀ ਛੁੱਟੀ, ਐਂਡ ਉਹ ਕੁਛ 12 to 15,000 dollars ਪਰ ਮੰਥ ਕਮਾ ਰਹੇ ਸੀਗੇ। ਇਹ ਬਹੁਤ ਜ਼ਿਆਦਾ ਵਧੀਆ ਜੋਬ ਹੈ, ਤੁਸੀਂ ਜੇ ਮੇਰੇ ਵਰਗਾ ਬੰਦਾ ਵੀ ਟਰੈਵਲ ਨਰਸ ਕਰ ਸਕਦਾ ਹੈ। ਮੈਂ ਹਜੇ ਕੁਛ ਸੋਚਿਆ ਨਹੀਂ, ਬਟ ਅੱਗੇ ਜਾ ਕੇ ਦੇਖਾਂਗੇ। ਤੁਸੀਂ 12 to 15,000 dollars ਸਿਰਫ 15 to 16 ਡੇਜ਼ ਦੇ ਵਿੱਚ ਕਮਾ ਰਹੇ ਹੋ, ਬਾਕੀ ਤੁਹਾਡੇ ਕੋਲ ਫਿਰ 15 ਡੇਜ਼ ਅਵੇਲੇਬਲ ਹੈ। ਤੁਸੀਂ 5 ਡੇਜ਼ ਛੁੱਟੀ ਲੈ ਕੇ 10 ਡੇਜ਼ ਆਪਣੀ ਫਿਰ ਕਿਸੇ ਹੋਰ ਜਗ੍ਹਾ ਤੁਸੀਂ ਜੋਬ ਕਰੋ, ਕੁਛ ਵੀ ਕਰੋ, ਤੁਸੀਂ ਈਜ਼ੀਲੀ 25,000 dollars, 20,000 dollars ਪੁੱਲ ਕਰ ਸਕਦੇ ਹੋ ਪਰ ਮੰਥ। ਹੁਣ ਇੰਨੀ ਸਾਰੀ ਆਪਸ਼ਨਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਵੀ ਇਸ ਫੀਲਡ ਦੇ ਵਿੱਚ 100,000 ਆਪਸ਼ਨਸ ਹੈਗੀਆਂ। ਕਿਸੇ ਦਾ ਵੀ ਇੰਟਰਸਟ ਨਹੀਂ ਹੈਗਾ, ਕਿਸੇ ਨੂੰ ਵੀ ਕੁਝ ਨਹੀਂ ਪਤਾ ਨਰਸਿੰਗ ਬਾਰੇ, ਬਟ ਤੁਸੀਂ ਇੱਥੇ ਆਓਗੇ ਤੁਹਾਨੂੰ ਕੋਈ ਨਾ ਕੋਈ ਆਪਸ਼ਨ ਤੁਹਾਨੂੰ ਪਤਾ ਲੱਗ ਹੀ ਜਾਏਗਾ ਵੀ ਮੈਂ ਹਾਂ, ਮੇਰੇ ਦਿਮਾਗ ਨੂੰ ਇਹ ਸੂਟ ਕਰਦਾ, ਬਾਡੀ ਨੂੰ ਇਹ ਸੂਟ ਕਰਦਾ, ਮੇਰੀ ਪਰਸਨੈਲਿਟੀ ਨੂੰ ਇੱਦਾਂ ਦੀ ਨਰਸ ਸੂਟ ਕਰਦੀ ਹੈ, ਮੈਂ ਇਹ ਕਰ ਸਕਦਾ। ਤੁਸੀਂ ਕੁਝ ਵੀ ਲੈ ਲਓ, ਇੰਜੀਨੀਅਰਿੰਗ ਲੈ ਲਓ, ਉੱਥੇ ਆ ਕੇ 3-4 ਹੀ ਆਪਸ਼ਨਸ ਰਹਿ ਜਾਂਦੇ ਹੈ। ਹਾਂ, ਮੈਨੇਜਰ ਲੱਗ ਜਾਓ, ਸੁਪਰਵਾਈਜ਼ਰ ਲੱਗ ਜਾਓ, ਤੁਸੀਂ ਲੈਕਚਰਾਰ ਲੱਗ ਸਕਦੇ ਹੋ ਜਾਂ ਰਿਸਰਚ ਟੀਮ ਦੇ ਵਿੱਚ ਹਿੱਸਾ ਲੈ ਸਕਦੇ ਹੋ, ਬਟ ਤੁਸੀਂ ਮੇਰੀ ਲਿਸਟ ਜੋ ਮੈਨੇ ਰਿਸਰਚ ਕੀਤੀ ਸੀ, ਤੁਸੀਂ ਉੱਥੋਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਜ਼ਿਆਦਾ ਫੀਲਡ ਹੈਗੀ ਆ। ਹਰ ਇੱਕ ਬੰਦੇ ਦੀ ਕੋਈ ਨਾ ਕੋਈ ਪਰਸਨੈਲਿਟੀ ਲਈ ਕੁਝ ਨਾ ਕੁਝ ਸੂਟ ਕਰੇਗਾ ਹੀ ਕਰੇਗਾ। ਐਂਡ ਇਹੀ ਮੇਰੀ ਇੱਕ ਸਮਾਲ ਐਡਵਾਈਸ ਸੀਗੀ ਸਾਰਿਆਂ ਨੂੰ। ਬਾਕੀ ਤੁਸੀਂ ਮੇਰੀ ਵੀਡੀਓਜ਼ ਨੂੰ ਸਪੋਰਟ ਕਰਦੇ ਰਹੋ, ਇੰਸਟਾਗ੍ਰਾਮ 'ਤੇ ਫੋਲੋ ਕਰੋ, ਸਬਸਕ੍ਰਾਈਬ, ਲਾਈਕ, ਸ਼ੇਅਰ ਕਰਨਾ ਨਾ ਭੁੱਲਿਓ। ਸਟੇ ਸਟਰੋਂਗ, ਸਟੇ ਫਿੱਟ, ਮਿਲਦੇ ਅਗਲੀ ਵੀਡੀਓ ਦੇ ਵਿੱਚ।